ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਸੈਨ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਅਤੇ ਅੱਜ ਮੈਂ ਜਨਾਬ ਇੱਕ ਵੀਡੀਓ ਲੈ ਕੇ ਆਇਆ ਮੱਝ ਦੀ। ਇਹ ਤੀਸਰਾ ਸੁਬਾ ਸੁਣਾ ਹੈ ਮੱਝ ਦਾ, ਇਹ ਮੱਝ ਨੇ ਜਨਾਬ। ਬਾਕੀ ਗੱਲਾਂ ਬਾਤਾਂ ਸਾਰੀਆਂ ਕਰਾਂਗਾ ਮੈਂ ਮਾਲਕ ਨਾਲ। ਹੁਣ ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਇਹ ਮੱਝ ਵਿਖਾਵੇਗਾ, ਉਸ ਤੋਂ ਬਾਅਦ ਗੱਲਾਂ ਬਾਤਾਂ ਸਾਰੀਆਂ ਕਰੇਗਾ ਮਾਲਕ ਕਿ ਇਸ ਮੱਝ ਦਾ ਕੀ ਰਿਕਾਰਡ ਹੈ, ਕੀ ਹਿਸਾਬ ਕਿਤਾਬ ਹੈ, ਇਹ ਪਿਛਲੇ ਸੂਬੇ ਕਿੰਨਾ ਦੁੱਧ ਦਿੰਦੀ ਰਹੀ ਹੈ, ਐਤਕੀ ਕਿੰਨਾ ਦੁੱਧ ਕਰੇਗੀ, ਕਿੰਨੇ ਦਿਨ ਲੈ ਜਾਏਗੀ ਸੋਣ ਤੋਂ। ਇਹ ਜਨਾਬ ਪੰਜ ਸੱਤ ਗੱਲਾਂ ਕੰਮ ਦੀਆਂ ਜਿਹੜੀਆਂ ਮੈਂ ਕਰਾਂਗਾ ਮਾਲਕ ਨਾਲ। ਹਰ ਚੀਜ਼ ਮੇਰੇ ਕੈਮਰੇ 'ਚ ਨਜ਼ਰ ਹੈ, ਮੇਰਾ ਕੈਮਰਾਮੈਨ ਤੁਹਾਡੀਆਂ ਤਸੱਲੀਆਂ ਕਰਵਾਏਗਾ ਇਨਸ਼ਾਅੱਲਾ। ਕੈਮਰਾਮੈਨ ਸਾਹਿਬ ਇਸ ਮੱਝ ਦੀਆਂ ਕਰਾਓ ਤਸੱਲੀਆਂ। ਬਾਕੀ ਗੱਲਾਂ ਬਾਤਾਂ ਮੈਂ ਪੁੱਛਾਂਗਾ ਸਾਰੀਆਂ ਮਾਲਕ ਕੋਲੋਂ ਕਿ ਕੀ ਰੇਟ ਸ਼ੇਟ ਹੈ, ਕਿੰਨਵਾਂ ਸੂਆ ਹੈ, ਕਿੰਨੇ ਦਿਨ ਰਹੇਗਾ ਸੂਣ ਦੇ। ਇਹ ਗੱਲਾਂ ਬਾਤਾਂ ਮਦਰ ਸੈਨ ਟੀ ਵੀ ਕਰੇਗਾ ਮਾਲਕ ਨਾਲ। ਪਹਿਲਾਂ ਮੱਝ ਵਿਖਾ ਲਓ ਤਸੱਲੀ ਨਾਲ। ਕੈਮਰਾਮੈਨ ਸਾਹਿਬ ਮੱਝ ਦੀਆਂ ਕਰਾਓ ਤਸੱਲੀਆਂ। ਤਾਰੀਫ ਮਾਲਕਾਂ ਕਰਨੀ ਹੈ, ਮਦਰ ਸੈਨ ਟੀ ਵੀ ਦੀ ਕੋਈ ਤਾਰੀਫ ਨਹੀਂ। ਇਹ ਤੁਸੀਂ ਖੁਦ ਫੈਸਲਾ ਕਰਨਾ ਮੇਰੇ ਭਰਾਵਾਂ ਨੇ, ਦੋਸਤਾਂ ਨੇ। ਨੰਬਰ ਮੇਰਾ 0304-79-7776, ਇਹੋ ਹੀ ਮੇਰਾ ਵਟਸਐਪ ਨੰਬਰ ਹੈ, ਇਹੋ ਹੀ ਈਮੋ ਦਾ ਨੰਬਰ ਹੈ। ਹਰ ਵੀਡੀਓ ਥੱਲੇ ਮੇਰਾ ਨੰਬਰ ਲੱਗਾ ਹੁੰਦਾ ਹੈ, ਲੋਕੇਸ਼ਨ ਮੇਰੀ ਆਰਫ ਵਾਲੇ ਦੀ। ਇਹ ਜਨਾਬ ਮਾਸ਼ਾਅੱਲਾ ਬੜੀ ਵੱਡੀ ਮੱਝ ਹੈ, ਚੰਗਾ ਮੱਝ ਦਾ ਕਾਠਾ ਛਾਠਾ, ਚੰਗਾ ਲਾਣ ਹੈ ਮਾਸ਼ਾਅੱਲਾ, ਉੱਚੀ ਲੰਮੀ ਵੇਲ ਵਾਲੀ ਮੱਝ ਹੈ, ਕੋਈ ਛੋਟੀ ਮੱਝ ਨਹੀਂ। ਛੋਟੇ ਛੱਡ ਕੇ ਟੋਰ ਬਈ, ਛੋਟੇ ਭਾਈ ਛੱਡ ਕੇ ਟੋਰ ਮੱਝ, ਤੂੰ ਚੋਰ ਹਾਂ, ਤੈਨੂੰ ਸ਼ਰਮ ਆਉਂਦੀ? ਛੱਡ ਕੇ ਟੋਰ ਮੇਰਾ ਪੁੱਤਰ। ਵਾਹ ਬਾਈ ਵਾਹ। ਕੈਮਰਾਮੈਨ ਸਾਹਿਬ ਤਸੱਲੀਆਂ ਕਰਾਓ, ਲੈ ਜੇ ਮੱਝ ਆਪਾਂ ਖੁਲਾ ਕੇ ਟੁਰਾ ਵੀ ਲਈਏ, ਤਾਂ ਕਿ ਇਹਦੀਆਂ ਲੱਤਾਂ ਛੱਤਾਂ ਵੀ ਚੈੱਕ ਹੋ ਜਾਣ। ਮੱਠੇ ਮੱਠੇ ਟੋਰੋ ਜੀ, ਮੱਠਾ ਮੱਠਾ ਖਿਲਾਰੋ, ਇੱਥੇ ਖਿਲਾਰੋ ਜੀ। ਲੈ ਕੈਮਰਾਮੈਨ ਸਾਹਿਬ ਹੁਣੇ ਤਸੱਲੀਆਂ ਕਰਾਓ ਤੁਸੀਂ। ਇਹ ਡਰ ਨੂੰ ਵੀ ਲੱਗ ਪਈ, ਕੋਈ ਨਹੀਂ, ਡਰਦੀਆਂ ਹੁੰਦੀਆਂ ਨੇ ਮੱਝਾਂ ਕਰਮਾ ਵਾਲੀ। ਦੇਖੀ ਚਾਚਾ ਦੇਖੀ, ਬੰਨੋ ਜੀ ਤੁਸੀਂ ਇਹਨੂੰ, ਇੱਥੇ ਲਾ ਬੰਦ, ਤਸੱਲੀਆਂ ਲਾ ਲਾ ਬੰਦ, ਕਰਮਾ ਵਾਲੀ ਨੇੜੇ ਮਾਈ ਚਾਹ ਭੱਜੀ ਜਾਂਦੀ, ਇੱਥੇ ਬੰਨ ਕੇ ਲਾ ਚਾਚਾ, ਇਹਨੂੰ ਬੰਨ ਹੀ ਦੇ ਤੂੰ, ਐਵੇਂ ਨਹੀਂ ਬਣਵਾਉਣੀ, ਬੰਨ ਦੇ ਇੱਧਰ ਲਿਆ ਕੇ, ਬੰਨ ਇੱਧਰ ਲਿਆ ਕੇ, ਬੰਨ 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 ਚਾਚਾ ਇਹਨੂੰ ਲਿਆ ਕੇ, ਆਪਾਂ ਇਹਨੂੰ ਨਾ ਉੱਥੇ ਬਣਾ ਲੈਂਦੇ ਹਾਂ, ਉੱਥੇ ਬੰਨ ਬਾ, ਇੱਥੇ ਖਿਲਾਰੀ ਰੱਖੋ, ਕਈ ਮੱਝਾਂ ਨਾ ਮੱਝ ਦੱਸੀ ਮਾਲੀ ਬੰਨਣੀ ਪੈ ਗਈ, ਬੰਨਣੀ ਫਿਰ ਇੰਨੇ ਬੰਨੋਗੇ ਨਹੀਂ, ਇਹ ਡਰੇਗੀ, ਫਿਰ ਇਹਨੇ ਮੂਵੀ ਨਹੀਂ ਬਣਾਉਣੀ। ਕਰਮਾਲੀ ਕਰਮਾਲੀ ਅੱਜ ਇੱਥੇ ਫੜ ਕੇ ਕਰੋ, ਕਰਮਾਲੀ ਕਰਮਾਲੀ ਠੀਕ ਆ, ਕੁਛ ਵੀ ਨਹੀਂ ਬਹਾਨਾ, ਉਹ ਕੰਮ ਨਹੀਂ ਦਿੰਦੀ। ਅੱਛਾ ਗੁੜ ਥੋੜ੍ਹੇ ਡਰਾ ਕੇ ਰੱਖ, ਮੱਝ ਅੱਗੋਂ ਡਰਾ ਕੇ ਰੱਖਿਆ ਜੀ ਕਰਮਾਲੀ। ਕੈਮਰਾਮੈਨ ਸਾਹਿਬ ਇਹ ਮੱਝ ਦੀਆਂ ਤਸੱਲੀਆਂ ਕਰਾਓ, ਮਾਸ਼ਾਅੱਲਾ ਸੂਹ ਨੂੰ ਬਹਾਨਾ ਲੱਗਿਆ ਜਨਾਬ ਇਸ ਮੱਝ ਦਾ, ਨੀਲੀ ਦੀ ਆ ਬਟਨ, ਤੇ ਇਹ ਬਟਨ ਲੱਗੇ ਨੇ ਜਨਾਬ ਦੋ, ਇਹ ਬਟਨਾਂ ਦਾ ਨਿਸ਼ਾਨ ਆਉਂਦੇ ਦੋਸਤਾਂ ਦੇ ਹੁੰਦੇ ਨੇ, ਬੜੀ ਵੱਡੀ ਮੱਝ ਹੈ ਮਾਸ਼ਾਅੱਲਾ। ਕੈਮਰਾਮੈਨ ਸਾਹਿਬ ਇੱਧਰ ਆਓ, ਅੱਗੋਂ ਚਾਚੇ ਰੋਕ ਕੇ ਰੱਖ ਮਾਰਾ, ਕਰਮਾਲੀ ਛੋਟੀ ਲਿਆ ਆ ਯਾਰ, ਇਹ ਜਨਾਬ ਬਟਨ ਲੱਗੇ ਨੇ ਇਸ ਮੱਝ ਦੇ, ਇਹ ਦੋ ਬਟਨ ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ, ਲਿਬੜੇ ਹੋਏ ਨੇ, ਇਹ ਨੀਲੀ ਦੀ ਜਨਾਬ ਨਿਸ਼ਾਨੀ ਹੁੰਦੀ ਹੈ।
ਮਾਸ਼ਾਅੱਲਾ ਲੱਤਾਂ ਚੱਡਿਆਂ 'ਚ ਪੂਰਾ ਨਹੀਂ ਆਉਂਦਾ, ਥੋੜ੍ਹਾ ਆ ਜਾ ਸਿਰਫ ਮਾਂ, ਮੈਂ ਥਣ ਥੋੜ੍ਹਾ ਆ ਜਾ ਲੰਬਾ ਮਾਸ਼ਾਅੱਲਾ, ਅਤੇ ਵਾਨਿਆ ਥੱਬੇ ਮਾਰੀ ਫਿਰਦੀ ਏ। ਚਾਚੇ ਨੂੰ ਪੁੱਛਾਂਗੇ ਕਿੰਨੇ ਦਿਨ ਲੈਂਦੀ ਏ। ਇਹ ਸੂ ਵੀ ਵਿਖਾ ਦਿਓ ਕੈਮਰਾਮੈਨ ਸਾਹਿਬ, ਅਜੇ ਸੂ ਦਾ ਦੋਸਤੋ ਕੋਈ ਨਿਸ਼ਾਨ ਨਹੀਂ ਸੂ ਨੂੰ, ਪੁੱਠੇ 'ਤੇ ਲਾਵੇ ਮਾੜਾ ਜਿਹਾ, ਪੁੱਠਾ ਵਿਖਾ, ਪੁੱਠਾ ਮਾਈ ਦਾ ਉਹਦਾ ਕਰੀਂ ਪੁੱਠੇ 'ਤੇ ਲਾ, ਇੱਥੇ ਇਹ ਪੁੱਠਾ ਪੱਠਾ ਵੇਖ ਲਓ ਜਨਾਬ ਇਸ ਮਾਝ ਦਾ, ਨਸਲੀ ਨਾ ਬਣਵਾਉਣਾ ਚੈੱਕ ਕਰਾ। ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ। ਮਾਸ਼ਾਅੱਲਾ ਓਨਾ ਵਾਨਾ ਪਿਛਾ ਹੈ, ਓਨਾ ਇਹਦਾ ਵਾਨਾ ਜਨਾਬ ਮਾਝ ਦਾ ਗਾਂ ਹੈ। ਮਾਲਕ ਦਾ ਕਹਿਣਾ ਹੈ ਇਹ ਦੁੱਧ ਵਾਲੀਆਂ ਜਨਾਬ ਮੌਜਾਂ ਲਾ ਦਿੰਦੀ ਹੈ, 10 ਦਿਨਾਂ ਤੋਂ ਬਾਅਦ 20 ਲੀਟਰ ਬੱਚੇ ਨੂੰ ਛੱਡ ਕੇ ਅਸੀਂ ਪੂਰਾ ਕਰਾਵਾਂਗੇ, ਭਾਵੇਂ ਕੋਈ ਬੰਦਾ ਬਿਆਨਾ ਕਰਵਾ ਦੇਵੇ ਅਸੀਂ ਬਿਆਨੇ ਨਾਲ ਰੋਕ ਲਵਾਂਗੇ। ਅੱਗੋਂ ਚੈੱਕ ਕਰੋ ਕਰਮਾਲੀ, ਚਾਚੇ ਨਾਲ ਗੱਲਾਂ ਕਰਨੀ, ਵੀਡੀਓ ਲੰਮੀ ਹੋ ਗਈ, ਬਸ ਛੱਡ ਦੇ ਇੱਥੇ, ਬੰਨ ਚਲਾ। ਚਾਚਾ ਜੀ ਹੁਣ ਆ ਜਾ ਤੂੰ ਮੇਰੇ ਕੋਲ, ਛੋਟੇ ਬੰਨ ਕੇ ਲਾ। ਚਾਚੇ ਜੀ ਮੇਰੇ ਨੇੜੇ ਹੋ ਜਾ, ਇੱਧਰ ਦੀ ਆਓ, ਇੱਧਰ ਦੀ ਆਓ ਕੈਮਰਾਮੈਨ ਸਾਹਿਬ, ਤੁਸੀਂ ਮਾਝ ਦੇ ਸਲੀਕਾ ਹੋ। ਚਾਚਾ ਜੀ ਅਸਲਾਮੁਅਲੈਕਮ। ਵਾਲੇਕੁਮ ਸਲਾਮ। ਥੋੜ੍ਹੇ ਉੱਚੀ ਬੋਲਣਾ, ਕੀ ਹਾਲ ਨੇ ਚਾਚਾ ਜੀ? ਠੀਕ ਠਾਕ। ਅੱਛਾ ਜੀ ਚਾਚਾ ਜੀ, ਸਭ ਤੋਂ ਪਹਿਲਾਂ ਇਹ ਦੱਸਣੀ ਮੱਝ ਆਪਣੀ ਕਿੰਨਵਾਂ ਸੁਆ ਸੋਣਾ, ਸਹੀ ਸਹੀ ਗੱਲ ਕਰਨੀ? ਤੀਜਾ ਵਾਰੀ ਸੁਣਾ। ਤੀਜੀ ਵਾਰੀ ਸੁਣਾ? ਹਾਂਜੀ। ਅੱਛਾ ਤੇ ਚਾਚਾ ਜੀ ਸਹੀ ਸਹੀ ਗੱਲ ਕਰਨੀ, ਝੂਠ ਬਿਲਕੁਲ ਵੀ ਨਹੀਂ ਬੋਲਣਾ, ਇੱਕ ਲਫ਼ਜ਼ ਵੀ। ਅੱਛਾ ਇਹ ਕਿੰਨੇ ਦਿਨ ਲੈ ਜਾਏਗੀ ਸੋਣ ਦੇ? ਇਹ 10 ਦਿਨ ਦਾ ਟਾਈਮ ਰਹਿੰਦਾ ਜੀ। ਅੱਛਾ 10 ਦਿਨ ਦਾ ਟਾਈਮ ਰਹਿੰਦਾ, ਹੋ ਸਕਦਾ 2 ਦਿਨ ਪਹਿਲੇ ਸੂਪ ਹੈ, 2 ਦਿਨ ਬਾਅਦ ਸੂਪ ਹੈ। ਅੱਛਾ ਪਹਿਲੇ ਵੀ 2 ਦਿਨ ਸੂ ਸਕਦੀ ਹੈ, 2 ਦਿਨ ਉੱਤੇ ਵੀ ਲੈ ਸਕਦੀ ਹੈ। ਠੀਕ ਹੋ ਗਿਆ, ਜਾਇਜ਼ ਗੱਲ ਹੈ। ਅੱਛਾ ਚਾਚਾ ਜੀ ਗੱਲ ਇਹ ਵੀ ਪਿਛਲੇ ਸੂਏ ਦਾ ਦੁੱਧ ਕਿੰਨਾ ਚ ਆਉਂਦਾ ਜੇ ਬੱਚੇ ਨੂੰ ਛੱਡ ਕੇ? 18 ਗੜਵੀਆਂ। 18 ਗੜਵੀਆਂ ਬੱਚੇ ਨੂੰ ਛੱਡ ਕੇ? ਹਾਂ ਬੱਚੇ ਨੂੰ ਛੱਡ ਕੇ। ਚਾਚਾ ਜੀ ਐਤਕੀ ਦੁੱਧ ਕਿੰਨਾ ਕਰੇਗਾ? 20 ਕਿਲੋ, ਅੱਲਾ ਦੇ ਹੁਕਮ ਨਾਲ, ਅੱਲਾ ਦੀ ਬਰਕਤ। 20 ਕਿਲੋ ਬੱਚੇ ਨੂੰ ਛੱਡ ਕੇ? ਬੱਚੇ ਨੂੰ ਛੱਡ ਕੇ। ਕਿੰਨੇ ਦਿਨਾਂ ਬਾਅਦ ਚੁਆ ਸਕਦੇ ਦੁੱਧ? 10-15 ਦਿਨਾਂ ਤਾਈਂ। 20 ਨਹੀਂ ਨਹੀਂ, ਇੱਕ ਗੱਲ ਕਰੋ, ਇੱਕੋ ਗੱਲ ਕਰੋ, ਹੈ 15 ਦਿਨ ਸਾਡੇ ਕੋਲ ਮੱਝ ਰਵੇ। ਅੱਛਾ 15 ਦਿਨ ਤੁਹਾਡੇ ਮੱਝ ਕੋਲੇ ਰਵੇ ਤੇ 15 ਦਿਨਾਂ ਤੋਂ ਬਾਅਦ 20 ਲੀਟਰ ਬੱਚੇ ਨੂੰ ਛੱਡ ਕੇ ਦੁੱਧ ਪੂਰਾ ਕਰਾਓਗੇ? ਹਾਂਜੀ, ਅੱਲਾ ਦੇ ਹੁਕਮ ਨਾਲ। ਇਹ ਪੱਕੀ ਗੱਲ ਹੈ? ਹਾਂਜੀ ਠੀਕ। ਤੇਰੇ ਘਰ ਦੀ ਮੱਝ ਜਾਂ ਕਿਧਰੋਂ ਲਿਆਂਦੀ? ਘਰ ਦੀ ਮੱਝ। ਅੱਛਾ ਘਰ ਦੀ ਮੱਝ, ਠੀਕ ਹੋ ਗਿਆ। ਚਾਚਾ ਜੀ ਪੈਸੇ ਮਕੂਲ ਮੰਗਣੇ ਨੇ, ਜ਼ਿਆਦਾ ਮੁੱਲ ਨਹੀਂ ਕਰਨਾ ਤੁਹਾਡੀ ਮਿਹਰਬਾਨੀ, ਕਿੰਨੇ ਪੈਸੇ ਲੈਂਦੇ? ਇਸ ਦਾ ਮੱਝ ਦਾ ਜੀ 3 ਲੱਖ ਰੁਪਈਆ। 3 ਲੱਖ ਰੁਪਈਆ? 3 ਲੱਖ ਦੇ ਵਿੱਚ ਕੋਈ ਕਮੀ ਪੇਸ਼ੀ, ਕੋਈ ਪਿਆਰ ਮੁਹੱਬਤ? ਕੋਈ ਪਿਆਰ ਮੁਹੱਬਤ ਹੋ ਸਕਦਾ, ਹੋਰ 3 ਲੱਖ ਤੋਂ ਘੱਟ ਅਸੀਂ ਨਹੀਂ ਮਾਈ ਦੇ। ਅੱਛਾ ਪਿਆਰ ਮੁਹੱਬਤ ਕਰ ਲਓਗੇ? ਚਲੋ ਕਰ ਲੈਣਾ ਯਾਰ, ਲਾਜ਼ਮੀ ਮੇਰੇ ਭਰਾਵਾਂ ਨੂੰ ਕਿਰਾਇਆ ਵੀ ਪੈਂਦਾ ਤੇ ਮੇਰੇ ਭਰਾ ਪੈਸੇ ਬਹੁਤ ਮੁਸ਼ਕਲ ਕਮਾਉਂਦੇ ਨੇ ਯਾਰ ਪ੍ਰਦੇਸ਼ ਦੇ ਵਿੱਚ, ਇਸ ਚੀਜ਼ ਦਾ ਥੋੜ੍ਹਾ ਜਿਹਾ ਖਿਆਲ ਕਰਿਆ ਕਰੋ, ਤੁਹਾਡੀ ਮਿਹਰਬਾਨੀ। ਅੱਛਾ ਪਿਆਰ ਮੁਹੱਬਤ ਕਰ ਲਓ? ਅੱਛਾ ਪਿਆਰ ਮੁਹੱਬਤ ਕਰ ਲਓਗੇ, ਠੀਕ ਹੋ ਗਿਆ, ਯਾਨੀ ਕਿਰਾਇਆ ਸ਼ਰਾਇਆ ਛੱਡੋਗੇ? ਠੀਕ ਹੋ ਗਿਆ, ਚਲੋ ਛੱਡ ਦੇਣਾ ਯਾਰ ਲਾਜ਼ਮੀ। ਇਹ ਮੱਝ ਦੋਸਤੋ ਮਾਲਕ ਦੀਆਂ ਗੱਲਾਂ ਤੁਸੀਂ ਸੁਣ ਲਈਆਂ ਨੇ, ਅਗਰ ਕੋਈ ਤੁਹਾਨੂੰ ਅਸੀਂ ਬਿਆਨਾ ਕਰਵਾ ਦਈਏ ਇਹ ਜਿਹੜੀ ਮੱਝ ਹੈ ਇਹ ਤੁਸੀਂ ਸਾਨੂੰ 15 ਦਿਨਾਂ ਬਾਅਦ 20 ਲੀਟਰ ਪੂਰਾ ਕਰਾ ਦਿਓਗੇ ਬੱਚੇ ਨੂੰ ਛੱਡ ਕੇ? ਠੀਕ ਹੋ ਗਿਆ, ਮਾਲਕ ਕਹਿੰਦੇ ਨੇ ਜੀ ਸਾਨੂੰ ਬਿਆਨਾ ਕਰਵਾ ਦਿਓ, 12-13 ਦਿਨਾਂ ਬਾਅਦ 15 ਦਿਨਾਂ ਬਾਅਦ ਅਸੀਂ 20 ਲੀਟਰ ਬੱਚੇ ਨੂੰ ਛੱਡ ਕੇ ਪੂਰਾ ਕਰਾ ਦਿਆਂਗੇ ਗਰੰਟੀ ਨਾਲ। ਅਗਰ 18-20 ਲੀਟਰ ਦੁੱਧ ਪੂਰਾ ਹੋਵੇ ਤਾਂ ਅਗਲਾ ਲੈ ਜਾਵੇ, ਨਹੀਂ ਤਾਂ ਅਸੀਂ ਜਨਾਬ ਬਿਆਨਾ ਵਾਪਸ ਕਰਾਂਗੇ ਤੇ ਨਾਲ ਜਨਾਬ ਉਹਨਾਂ ਕੋਲ ਮਾਫ਼ੀ ਵੀ ਮੰਗਾਂਗੇ। ਮਿਲਦੇ ਹਾਂ ਜਨਾਬ ਅਗਲੀ ਵੀਡੀਓ ਦੇ ਵਿੱਚ, ਪਾਕਿਸਤਾਨ ਜ਼ਿੰਦਾਬਾਦ।